Subscribe the channel and press the bell notification icon. Central Board of Secondary Education ਦੀ 12ਵੀਂ ਕਲਾਸ ਦਾ ਤਿੰਨ ਸਟ੍ਰੀਮ ਸਾਇੰਸ, ਆਰਟਸ ਅਤੇ ਕਮਰਸ ਦਾ ਰਿਜ਼ਲਟ ਆ ਚੁੱਕਿਆ ਜਿਸ ਵਿੱਚ ਲੜਕੀਆਂ ਦੀ ਝੰਡੀ ਰਹੀ। ਇਸ ਵਾਰ ਲੜਕੀਆਂ ਨੇ ਇਸ ਰਿਜ਼ਲਟ ਵਿੱਚ ਬਾਜ਼ੀ ਮਾਰਦਿਆਂ ਹੋਇਆਂ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ। ਇਸ ਵਾਰ ਦੋ ਕੁੜੀਆਂ ਨੇ ਪਹਿਲੇ ਸਥਾਨ ਹਾਸਲ ਕੀਤਾ ਹੈ ਜਿਸ ਵਿੱਚ DPS ਗਾਜ਼ੀਆਬਾਦ ਦੀ ਹੰਸਿਕਾ ਸ਼ੁਕਲਾ ਤੇ SD ਪਬਲਿਕ ਸਕੂਲ ਮੁਜ਼ੱਫਰਨਗਰ ਤੋਂ ਕ੍ਰਿਸ਼ਮਾ ਅਰੋੜਾ ਨੇ 499 ਅੰਕ ਹਾਸਲ ਕਰਕੇ ਪੂਰੇ ਦੇਸ਼ ਵਿੱਚ ਟੌਪ ਕੀਤਾ ਅਤੇ ਆਪਣੇ ਘਰਦਿਆਂ ਦੇ ਨਾਲ ਨਾਲ ਆਪਣੇ ਸ਼ਹਿਰਾਂ ਦਾ ਵੀ ਨਾਮ ਦੇਸ਼ ਭਰ ਦੇ ਵਿੱਚ ਚਮਕਾਇਆ। 12ਵੀਂ ਦੇ ਨਤੀਜਿਆਂ ਵਿੱਚ ਇਸ ਵਾਰ ਕੁੱਲ 83.4% ਵਿਦਿਆਰਥੀ ਪਾਸ ਹੋਏ ਹਨ। ਰੀਜਨ ਵਾਈਸ 98.4% ਵਿਦਿਆਰਥੀ ਸਭ ਤੋਂ ਜ਼ਿਆਦਾ ਤ੍ਰਿਵੇਂਦਰਮ ਤੋਂ ਪਾਸ ਹੋਏ ਹਨ। ਚੇਨਈ ਰੀਜਨ ਦਾ ਸਥਾਨ ਦੂਜੇ ਨੰਬਰ ਤੇ ਹੈ ਜਿੱਥੇ 92.93% ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਕੁੜੀਆਂ ਦਾ ਰਿਜ਼ਲਟ ਮੁੰਡਿਆਂ ਤੋਂ 9% ਵਧੀਆ ਰਿਹਾ ਜਿਸ ਨਾਲ ਕੇਂਦਰੀ ਸਕੂਲ ਦਾ ਰਿਜ਼ਲਟ 98.54% ਰਿਹਾ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਹਰਿੰਦਰ ਟਿਵਾਣਾ ਤੇ ਟੀਮ ਵੱਲੋਂ ਦਿੱਲੀ ਤੋਂ ਬਿਊਰੋ ਰਿਪੋਰਟ।